ਗੈਰ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਜ ਮੈਨੇਜਮੈਂਟ ਫੈਡਰੇਸ਼ਨ ਪ੍ਰਿੰਸੀਪਲ ਐਸੋਸੀਏਸ਼ਨ ਆ ਪੰਜਾਬ ਚੰਡੀਗੜ੍ਹ ਕਾਲਜਜ ਟੀਚਰਜ਼ ਯੂਨੀਅਨ ਅਤੇ ਅਨ ਐਡੇਡ ਪ੍ਰਾਈਵੇਟ ਕਾਲਜਾਂ ਦੀ ਜਥੇਬੰਦੀ ਦੀ ਸਾਂਝੀ ਐਕਸ਼ਨ ਕਮੇਟੀ ਜੇਈਸੀ ਨੇ ਸੂਬਾ ਸਰਕਾਰ ਵੱਲੋਂ ਕੋਈ ਉਚਿਤ ਹੰਗਾਰਾ ਨਾ ਮਿਲਣ ਤੇ 18 ਜਨਵਰੀ ਨੂੰ ਸਮੂਹ ਕਾਲਜਾਂ ਨੂੰ ਤਾਲਾ ਬੰਦ ਰੱਖਣ ਦਾ ਐਲਾਨ ਕੀਤਾ ਹੈ ਜਿਸ ਦੇ ਨਾਲ 200 ਤੋਂ ਵੱਧ ਵਿਦਿਅਕ ਅਦਾਰਿਆਂ ਵਿੱਚ ਪੜ੍ਹ ਰਹੇ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋਵੇਗੀ। ਇਸ ਸਬੰਧੀ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ 'ਚ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਗਏ ਹਨ। ਇਸ ਸਬੰਧੀ ਫੈਡਰੇਸ਼ਨ ਦੇ ਪ੍ਰਧਾਨ ਰਜਿੰਦਰ ਮੋਹਨ ਸਿੰਘ ਸ਼ੀਨਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਉਕਤ ਸਮੂਹ ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ਦੀ ਮੀਟਿੰਗ ਬੀਤੇ ਦਿਨੀ ਹੋਈ ਸੀ ਜਿਸ ਵਿੱਚ 18 ਜਨਵਰੀ ਨੂੰ ਸਮੂਹ ਕਾਲਜਾਂ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਅੱਜ ਪੰਜਾਬ ਦੇ ਵਿੱਚ ਇੱਕ ਬਹੁਤ ਹਾਇਰ ਐਜੂਕੇਸ਼ਨ ਦਾ ਇੱਕ ਹੈ ਮਸਲਾ ਹੈ ਪੰਜਾਬ ਦਾ ਨੌਜਵਾਨ ਪਲੱਸ 2 ਤੋਂ ਬਾਅਦ ਪਿਛਲੇ ਸਾਲਾਂ ਤੋਂ ਬਹੁਤ ਸਾਲਾਂ ਤੋਂ ਬਾਹਰ ਜਾ ਰਿਹਾ ਹੈ ਇਸ ਗੱਲ ਦਾ ਪੂਰੇ ਦੇਸ਼ ਨੂੰ ਪਤਾ ਪੂਰੀ ਦੁਨੀਆ ਨੂੰ ਪਤਾ ਹੈ ਔਰ ਪੰਜਾਬ ਦੇ ਹਾਇਰ ਐਜੂਕੇਸ਼ਨ ਦੇ ਵਿੱਚ ਪਲੱਸ 2 ਤੋਂ ਬਾਅਦ ਜਿਹੜਿਆ ਨੇ ਸਾਰੇ ਕਾਲਜ ਦੇ ਵੀ ਐਡਮਿਸ਼ਨ ਵੀ ਗਿਰੀ ਹੈ ਯੂਨੀਵਰਸਿਟੀਾਂ ਵਿੱਚ ਵੀ ਐਡਮਿਸ਼ਨ ਕੱਟੀ ਹੈ ਕਿਉਂਕਿ ਪੰਜਾਬ ਦਾ ਜਿਹੜਾ ਯੂਥ ਹੈ ਉਹ ਪਲੱਸ 2 ਤੋਂ ਬਾਅਦ ਆਇਲੈਂਡਸ ਕਰਕੇ ਬਾਹਰ ਜਾਣ ਵਾਸਤੇ ਉਹ ਫਾਇਲ ਲਾ ਰਿਹਾ ਹੈ ਸਿਰਫ ਉਹੀ ਐਡਮਿਸ਼ਨ ਹੋ ਰਹੀ ਹੈ ਜਿਹੜੀ ਐਡਮਿਸ਼ਨ ਜਿਹੜੀ ਆ ਉਹ 1 ਸਾਲ ਵਾਸਤੇ ਬੱਚੇ ਦਾਖਲ ਹੁੰਦੇ ਆ ਕਿ ਸ਼ਾਇਦ ਸਾਡਾ ਬਾਹਰ ਚਾਂਸ ਲੱਗ ਜਾਏ ਤੇ ਅਸੀਂ ਬਾਹਰ ਚੱਲ ਜਾਗ ਨਹੀਂ ਤੇ ਇੱਥੇ ਪੜਦੇ ਰਵਾਂਗੇ। ਦਾਸ ਨੂੰ ਪੰਜਾਬ ਦਾ ਐਡਿਟ ਕਾਲਜੇਸ ਦਾ ਫੈਡਰੇਸ਼ਨ ਜਿਹੜੀ ਮੈਨੇਜਮੈਂਟ ਫੈਡਰੇਸ਼ਨ ਹੈ ਉਹਦਾ ਪ੍ਰਧਾਨ ਬਣਾਇਆ ਪਿਛਲੇ 1.5 ਸਾਲ ਤੋਂ ਇਹ ਸੇਵਾ ਮੇਰੇ ਜ਼ੁਮੇ ਹੈ। ਪੰਜਾਬ ਦੇ ਵਿੱਚ 136 ਜਿਹੜੇ ਨੇ ਉਹ ਮੈਨੇਜਮੈਂਟ ਐਡਿਟ ਕਾਲਜ ਨੇ ਜਿਨ੍ਹਾਂ ਦੀ ਮੈਨੇਜਮੈਂਟ ਫੈਡਰੇਸ਼ਨ ਹੈ ਔਰ 6 ਕਾਲਜ ਚੰਡੀਗੜ੍ਹ ਦੇ ਨੇ 142 ਕਾਲਜ ਨੇ ਕੁੱਲ ਔਰ ਪੰਜਾਬ ਦੇ ਵਿੱਚ ਜਿਹੜੇ ਪ੍ਰਾਈਵੇਟ ਕਾਲਜ ਨੇ ਉਹ 60 ਦੇ ਕਰੀਬ ਹੈਗੇ ਆ ਉਹਨਾਂ ਦੀ ਵੱਖਰੀ ਮੈਨੇਜਮੈਂਟ ਹੈ ਲੇਕਿਨ ਹੁਣ ਐਸੇ ਮੁੱਦੇ ਖੜੇ ਹੋਏ ਨੇ ਕਿ ਪਿਛਲੇ ਸਾਲ ਤੋਂ ਸਾਨੂੰ ਹਾਇਰ ਐਜੂਕੇਸ਼ਨ ਦਾ ਜਿਹੜਾ ਸੈਕਟਰੀ ਨੇ ਔਰ ਡੀਪੀਆਈ ਆਫਿਸ ਹੈ ਉਹ ਬਹੁਤ ਤੰਗ ਕਰ ਰਹੇ ਨੇ ਕਿ ਤੁਸੀਂ ਸਾਝੀ ਐਡਮਿਸ਼ਨ ਕਰੋ ਪੋਰਟਲ ਦੇ ਉੱਤੇ ਜਾਓ ਜਿਹੜੀ ਕੋ ਬੰਬਈ ਦੀ ਕੋ ਕੰਪਨੀ ਇਹਨਾਂ ਨੇ ਹਾਇਰ ਕੀਤੀ ਹੈ ਕਿ ਉਹ ਤੁਹਾਡੀ ਐਡਮਿਸ਼ਨ ਪੂਰੇ ਪੰਜਾਬ ਦੀ ਕਰੇਗੀ ਔਰ ਅਸੀਂ ਬੱਚੇ ਦਖਲ ਕਰਾਂ ਕਿਹੜੇ ਬੱਚੇ ਨੇ ਕਿਹੜੇ ਕਾਲਜ ਜਾਣਾ ਮੈਨੂੰ ਸਮਝ ਨਹੀਂ ਆਉਂਦੀ ਅਸੀਂ ਪਿਛਲੇ ਸਾਲ ਸੈਕਟਰੀ ਹਾਇਰ ਐਜੂਕੇਸ਼ਨ ਨਾਲੋਂ ਡੀਪੀਆਈ ਨਾਲ ਬਖਵਾ ਗੱਲਬਾਤ ਕੀਤੀਆਂ ਸੀ ਕਿ ਇਸ ਦੀ ਲੋੜ ਕਿਉਂ ਪੈ ਗਈ ਸਾਝੇ ਪੋਰਟ ਦੀ ਲੋੜ ਤੇ ਉਦੋਂ ਪੈਂਦੀ ਹੈ ਜਦੋਂ ਤੁਹਾਡੇ ਕੋਲ ਬੱਚੇ ਜ਼ਿਆਦਾ ਹੋਣ ਔਰ ਤੁਹਾਡੇ ਕੋਲ ਸੀਟਾਂ ਘੱਟ ਹੋਣ ਇੱਥੇ ਉਲਟ ਗੱਲ ਹੈ ਕਿ ਸੀਟਾਂ ਬਹੁਤ ਜ਼ਿਆਦਾ ਨੇ ਅਨਲਿਮਿਟਿਡ ਨੇ ਔਰ ਬੱਚੇ ਸਾਡੇ ਕੋਲ ਬਹੁਤ ਘੱਟ ਨੇ ਐਡਮਿਸ਼ਨ ਦੇ ਬਹੁਤ ਸਾਰੇ ਰੂਰਲ ਕਾਲਜ ਜਿਹੜੇ ਆ ਉਹ ਕ੍ਰਾਈਸਿਸ ਦੇ ਵਿੱਚ ਅੱਜ ਖੜੇ ਆ ਰੂਰਲ ਕਾਲਜ ਬੰਦ ਬਹਉਣ ਦੀ ਕਕਾਰ ਤੇ ਖੜੇ ਆ ਇਤੋਂ ਤੱਕ ਕਿ ਜਿਹੜੇ ਐਡਿਟਡ ਕਾਲਜੇਸ ਨੇ ਉਹਨਾਂ ਵਿੱਚ ਵੀ ਟੀਚਿੰਗ ਨੌਨ ਟੀਚਿੰਗ ਦਾ ਸਟਾਫ ਐਡਿਟ ਬਹੁਤ ਥੋੜਾ ਰਹਿ ਗਿਆ ਹੈ ਔਰ ਬਾਕੀ ਜਿਹੜੇ ਸੈਲਫ ਫਾਈਨਸਿੰਗ ਕੋਰਸ ਨੇ ਉਹ ਜਿਆਦਾ ਚੱਲ ਰਹੇ ਆ ਔਰ ਉਹਦੇ ਨਾਲ ਹੀ ਕਾਲਜ ਸਰਵਾਈਵ ਕਰ ਰਹੇ ਆ ਲੇਕਿਨ ਜਿਹੜੇ ਐਡਿਟ ਸਟਾਫ ਹੈ ਉਹ ਬਹੁਤ ਥੋੜਾ ਆ ਅੱਜ ਪੰਜਾਬ ਦੇ ਵਿੱਚ ਜਿਹੜੇ 60 ਅਨਐਡਿਟ ਕਾਲਜ ਨੇ ਉਹ ਵੀ ਬੜੇ ਕ੍ਰਾਈਸਿਸ ਵਿੱਚ ਗੁਜ਼ਰ ਰਹੇ ਆ ਔਰ ਪਤਾ ਨਹੀਂ ਇਹ ਗੱਲ ਕਿੱਥੋਂ ਇਹਨਾਂ ਦੇ ਧਿਆਨ ਵਿੱਚ ਚਾਈ ਹੈ ਕਿ ਅਸੀਂ ਸਾਂਝੇ ਪ੍ਰੋਜੈਕਟ ਐਡਮਿਸ਼ਨ ਕਰਨੀ ਹੈ ਜਦ ਕਿ ਇਹਨਾਂ ਨੇ ਯੂਨੀਵਰਸਿਟੀ ਨੂੰ ਇਸ ادارے ਤੋਂ ਬਾਹਰ ਰੱਖਿਆ ਹੈ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀ ਆ ਉਹਨਾਂ ਨੂੰ ਇਸ ਤੋਂ ਬਾਹਰ ਰੱਖਿਆ ਕਿਉਂਕਿ ਜੇ ਸਰਕਾਰ ਨੇ ਕੋਈ ਸਟੇਟ ਦੇ ਵਿੱਚ ਸਾਂਝੀ ਐਡਮਿਸ਼ਨ ਕਿਤੇ ਕਰਨੀ ਹੈ ਤਾਂ ਸਾਰਿਆਂ ਦੀ ਕਰਨ ਚਾਹੇ ਉਹ ਸਟੇਟ ਯੂਨੀਵਰਸਿਟੀ ਆ ਨੇ ਚਾਹੇ ਪ੍ਰਾਈਵੇਟ ਯੂਨੀਵਰਸਿਟੀ ਆ ਨੇ ਚਾਹੇ ਪ੍ਰਾਈਵੇਟ ਕਾਲਜ ਨੇ ਲੇਕਿਨ ਇਹਨਾਂ ਨੇ ਪਿਛਲੇ ਸਾਲ ਸਿਰਫ ਅਨੈਡਿਟ ਕਾਲਜ ਐਡਿਟ ਕਾਲਜ ਚੁਣੇ ਇਸ ਵਾਰੀ ਇਹਨਾਂ ਨੇ ਅਨੈਡਿਟ ਕਾਲਜਾਂ ਨੂੰ ਵੀ ਨਾਲ ਸ਼ਾਮਲ ਕੀਤਾ ਔਰ ਉਹਦੇ ਕਰਕੇ ਇਸ ਕ੍ਰਾਈਸਿਸ ਕਰਕੇ ਬਹੁਤ ਵੱਡਾ ਇੱਕ ਐਥਿਕਲ ਕ੍ਰਾਈਸਿਸ ਆ ਗਿਆ ਔਰ ਇਹਨਾਂ ਨੇ ਕਿਹਾ ਕਿ ਤੁਸੀਂ ਸਾਰੇ ਪ੍ਰਿੰਸੀਪਲ ਜਿਹੜੇ ਨੇ ਉਹ ਸਾਡੇ ਕੋਲ ਪੋਰਟਲ ਦੇ ਉੱਤੇ ਆ ਕੇ ਟ੍ਰੇਨਿੰਗ ਲੈਣ ਤਿੰਨ ਯੂਨੀਵਰਸਿਟੀਆਂ ਦੇ ਸਾਨੂੰ ਇਸ ਦੇ ਬਾਰੇ 1 58 ਸਾਲ ਦੀ ਉਮਰ ਨੂੰ ਘਟਾ ਕੇ ਔਰ 60 ਸਾਲ ਦੀ ਉਮਰ ਤੋਂ ਘਟਾ ਕੇ 85 ਸਾਲ ਦੀ ਉਮਰ ਕਰ ਰਹੇ ਆ ਜਦ ਕਿ 1979 ਤੋਂ ਐਡਿਡ ਸਕੀਮ ਸ਼ੁਰੂ ਹੋਈ ਸੀ ਪੰਜਾਬ ਵਿੱਚ ਗਰੰਟੀਨੇਟ ਦੀ 95% ਗਰੰਟੀਨੇਟ ਦੀ ਸਕੀਮ ਦੇ ਵਿੱਚ ਅੱਜ ਤੱਕ 60 ਸਾਲ ਦੀ ਉਮਰ ਦੀ ਰਿਟਾਇਰਮੈਂਟ ਹੁੰਦੀ ਆਈ ਹੈ ਪ੍ਰੋਫੈਸਰ ਦੀ ਔਰ ਇਹਨਾਂ ਨੇ ਹੁਣ ਪੰਜਾਬ ਸਰਕਾਰ ਨੇ 60 ਤੋਂ 85 ਘਟਾ ਕੇ 58 ਉਮਰ ਕਰ ਰਹੀ ਹੈ ਉਹਦੇ ਕਰਕੇ ਵੀ ਅੱਜ ਮੈਨੇਜਮੈਂਟ ਤਾਂ ਵੀ ਪਰੇਸ਼ਾਨ ਨੇ ਔਰ ਜਿਹੜਾ ਕਾਲਜਾਂ ਦਾ ਟੀਚਿੰਗ ਸਟਾਫ ਹੈ ਉਹ ਵੀ ਬੜੇ ਜਿਆਦਾ ਪ੍ਰੈਸ਼ਰ ਵਿੱਚ ਹੈ ਕਿਉਂਕਿ 80 ਸਾਲ ਦੀ ਅਸੀਂ ਤੇ ਚਾਹੁੰਦੇ ਆ ਕਿ ਸਾਨੂੰ ਚੰਗੇ ਟੀਚਰ ਚੰਗੇ ਪ੍ਰਿੰਸੀਪਲ ਮਿਲਦੇ ਹੀ ਨਹੀਂ ਮੇਰੀ ਸੋਚ ਤੇ ਇਹ ਹੈ ਕਿ 65 ਸਾਲ ਜਿਹੜੀ ਹੈ ਪ੍ਰੋਫੈਸਰਾਂ ਦੀ ਉਮਰ ਕਰਨੀ ਚਾਹੀਦੀ ਹੈ ਰਿਟਾਇਰਮੈਂਟ ਦੀ ਔਰ 70 ਸਾਲ ਜਿਹੜੀ ਆ ਉਹ ਅਗਰ ਮੈਡੀਕਲੀ ਫਿਟ ਹੈ ਫਿਜ਼ੀਕਲੀ ਫਿਟ ਹੈ ਤੇ ਉਹਦੀ 70 ਸਾਲ ਪ੍ਰਿੰਸੀਪਲ ਦੀ ਉਮਰ ਕਰਨੀ ਚਾਹੀਦੀ ਹੈ ਔਰ ਇਹਨਾਂ ਨੇ ਬਜਾਏ ਉਸ ਦੇ 70 ਔਰ 65 ਕਰਦੇ ਸੋਚਣ ਤੇ ਵਿਚਾਰ ਕਰਨ ਦੇ ਬਜਾਏ ਸੜ ਤੋਂ ਘਟਾ ਕੇ 80 ਸਾਲ ਕਰ ਰਹੇ ਆ ਔਰ ਤੀਸਰਾ ਇਸ਼ੂ ਸਾਡਾ ਇਹ ਹੈ ਕਿ 95% ਗ੍ਰਾਂਟ ਨੇਟ ਦੀ ਸਕੀਮ ਚੱਲ ਰਹੀ ਸੀ ਇਹਨਾਂ ਨੇ ਉਹ ਘਟਾ ਕੇ ਸਕੀਮ ਜਿਹੜੀ ਹੈ 75% 75 ਵੀ ਦੀ ਕਰ ਦਿੱਤੀ ਹੈ ਔਰ ਜਿਹਦੇ ਵਾਸਤੇ ਸਾਡੀ ਮੈਨੇਜਮੈਂਟ ਫੈਡਰੇਸ਼ਨ ਹਾਈ ਕੋਰਟ ਵਿੱਚ ਵੀ ਗਈ ਹੋਈ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਬਾਕੀ ਸਾਰੇ ਧਿਆਨ ਛੱਡ ਕੇ ਬਾਕੀ ਮਹਿਕਮੇ ਦੇ ਧਿਆਨ ਛੱਡ ਕੇ ਐਜੂਕੇਸ਼ਨ ਵਾਲੇ ਸਕੂਲ ਐਜੂਕੇਸ਼ਨ ਔਰ ਹੈ ਰ ਐਜੂਕੇਸ਼ਨ ਵੱਲ ਧਿਆਨ ਦੇਣ ਤਾਂ ਹੀ ਸਾਡੇ ਬੱਚੇ ਬਾਹਰ ਜਾਣ ਨੂੰ ਰੁਕਣਗੇ ਉਹਦੇ ਬਾਰੇ ਸਰਕਾਰ ਚਿੰਤਾ ਨਹੀਂ ਕਰ ਰਹੀ ਅਸੀਂ ਬਾਰ-ਬਾਰ ਐਜੂਕੇਸ਼ਨ ਮਿਨਿਸਟਰ ਕੋਲੋਂ ਸੈਕਟਰੀ ਹਾਈ ਐਜੂਕੇਸ਼ਨ ਕੋਲੋਂ ਔਰ ਮਾਨਯੋਗ ਮੰਤਰੀ ਮੁੱਖ ਮੰਤਰੀ ਪੰਜਾਬ ਕੋਲੋਂ ਕਈ ਵਾਰ ਲਿਖ ਕੇ ਟਾਈਮ ਮੰਗਿਆ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਨਾ ਸਾਨੂੰ ਮੁੱਖ ਮੰਤਰੀ ਨੇ ਟਾਈਮ ਦਿੱਤਾ ਨਾ ਸਾਨੂੰ ਐਜੂਕੇਸ਼ਨ ਮਿਨਿਸਟਰ ਨੇ ਟਾਈਮ ਦਿੱਤਾ ਨਾ ਸਾਨੂੰ ਐਜੂਕੇਸ਼ਨ ਸੈਕਟਰੀ ਹਾਈ ਐਜੂਕੇਸ਼ਨ ਨੇ ਟਾਈਮ ਦਿੱਤਾ ਪਿਛਲੇ ਸਾਲ ਹਾਈ ਕੋਰਟ ਦੇ ਕਹਿਣ ਦੇ ਉੱਤੇ ਸੈਕਟਰੀ ਐਜੂਕੇਸ਼ਨ ਸਾਨੂੰ ਟਾਈਮ ਦਿੱਤਾ ਔਰ ਸਪੀਕਿੰਗ ਆਰਡਰ ਜਿਹੜੇ ਨੇ 7 ਮਹੀਨੇ ਬਾਅਦ ਪਾਸ ਕੀਤੇ ਔਰ ਉਹ ਵੀ ਜੋ ਸਾਡਾ ਮੀਟਿੰਗ ਹੋਈ ਸੀ ਉਹਦੇ ਮੁਤਾਬਕ ਨਹੀਂ ਕੀਤੇ ਫਿਰ ਦੁਬਾਰਾ ਇਹਨਾਂ ਨੇ ਪੋਰਟਲ ਪਤਾ ਨਹੀਂ ਕਿਉਂ ਉਸ ਕੰਪਨੀ ਨਾਲ ਕੀ ਲਿਆ ਜ ਇਹਨਾਂ ਦਾ ਕਿ ਬੰਬੇ ਦੀ ਕਿਸੇ ਕੰਪਨੀ ਨੂੰ ਹਾਇਰ ਕਰਕੇ ਤੇ ਉਹਨੂੰ ਐਡਮਿਸ਼ਨ ਵਾਸਤੇ ਕਰਨਾ ਚਾਹੁੰਦੇ ਆ ਔਰ ਐਡਮਿਸ਼ਨ ਜਿਹੜੀ ਹੈ ਬੱਚਾ ਅਮਨਸਦਰ ਰਹਿਣ ਵਾਲਾ ਪਤਾ ਨਹੀਂ ਉਹਨੂੰ ਐਡਮਿਸ਼ਨ ਪਟਿਆਲੇ ਭੇਜ ਦੇਣਾ ਹੈ ਕਿ ਤਰਨਤਨ ਭੇਜ ਦੇਣਾ ਕਿ ਜਲੰਧਰ ਭੇਜ ਦੇਣਾ ਇਹ ਤਾਂ ਤਾਂ ਹੁੰਦਾ ਜੇ ਕੋਈ ਪ੍ਰੋਫੈਸ਼ਨਲ ਕਾਲਜ ਹੋਣ ਸੀਟਾਂ ਜ਼ਿਆਦਾ ਬੱਚੇ ਜ਼ਿਆਦਾ ਦਾਖਲ ਹੋਣਾ ਚਾਹੁੰਦੇ ਹੋਣ ਸੀਟਾਂ ਘੱਟ ਹੋਣ ਇੱਥੇ ਉਲਟ ਗੱਲ ਹੈ ਕਿ ਸੀਟਾਂ ਬਹੁਤ ਜ਼ਿਆਦਾ ਨੇ ਬੱਚੇ ਜਿਹੜੇ ਨੇ ਬਹੁਤ ਘੱਟ ਨੇ ਫਿਰ ਇਹਨਾਂ ਕੀ ਲੋਡ ਪੈ ਗਈ ਸੰਜੀ ਐਡਮਿਸ਼ਨ ਕਰਨ ਦੀ ਔਰ ਉਹ ਵੀ ਜਿਹੜੀਆਂ ਯੂਨੀਵਰਸਿਟੀ ਨੂੰ ਛੱਡਿਆ ਅੱਜ ਯੂਨੀਵਰਸਿਟੀ ਜਿਹੜੀਆਂ ਨੇ ਅੰਡਰ ਗ੍ਰੈਜੂਏਟ ਦੀ ਐਡਮਿਸ਼ਨ ਕਰ ਲਈਆਂ ਨੇ ਜਦ ਕਿ ਯੂਨੀਵਰਸਿਟੀ ਨੂੰ ਚਾਹੀਦਾ ਕਿ ਹਾਇਰ ਐਜੂਕੇਸ਼ਨ ਦੀ ਜਿਹੜੀ ਐਡਮਿਸ਼ਨ ਕਰਨ ਔਰ ਰਿਸਰਚ ਦਾ ਕੰਮ ਕਰਨ ਉਹਦੀ ਬਜਾਏ ਸਾਰੀਆਂ ਯੂਨੀਵਰਸਿਟੀ ਜਿਹੜੀਆਂ ਅੰਡਰ ਗ੍ਰੈਜੂਏਟ ਦੀ ਐਡਮਿਸ਼ਨ ਕਰਨੀ ਸ਼ੁਰੂ ਕਰਤੀ ਹੈ ਤੇ ਪੀਪਲ ਵਿਲ ਪ੍ਰੀਫਰ ਟੂ ਗੋ ਟੂ ਯੂਨੀਵਰਸਿਟੀਆਂ ਐਂਡ ਦਾ ਕੰਸਟਿਟੂਐਂਟ ਕਾਲਜ ਟੂ ਯੂਨੀਵਰਸਿਟੀ ਉਹਨਾਂ ਵਿੱਚ ਜਾਣ ਨੂੰ ਪਸੰਦ ਕਰਨਗੇ ਮੈਨੂੰ ਨੇ ਸਮਝਾਈ ਕਿ ਸੈਕਟਰੀ ਹੈ ਹਾਇ ਐਜੂਕੇਸ਼ਨ ਮਿਨਿਸਟਰ ਨੂੰ ਔਰ ਚੀਫ ਮਿਨਿਸਟਰ ਨੂੰ ਇੰਨੇ ਗੰਭੀਰ ਮਸਲੇ ਤੇ ਸਾਨੂੰ ਟਾਈਮ ਨਹੀਂ ਦਿੱਤਾ ਔਰ ਉਹਦੇ ਕਰਕੇ ਸਾਨੂੰ ਜਿਹੜੀ ਇਹ ਸਾਡੀ ਟੀਚਰ ਯੂਨੀਅਨ ਹੈ ਉਹਨਾਂ ਨੇ ਵੀ ਅਪਰੋਚ ਕੀਤਾ ਸਾਡੇ ਜਿਹੜੇ ਪ੍ਰਿੰਸੀਪਲ ਐਸੋਸੀਏਸ਼ਨ ਅਸੀਂ ਉਹਨਾਂ ਨੂੰ ਇੱਕ ਜੁਆਇੰਟ ਐਕਸ਼ਨ ਕਮੇਟੀ ਬਣਾਈ ਪਿਛਲੇ ਮਹੀਨੇ ਅਸੀਂ ਉਹਦੀ ਮੀਟਿੰਗ ਜਲੰਧਰ ਡੀਏਵੀ ਕਾਲਜ ਕੀਤੀ ਸੀ ਔਰ ਹੁਣ ਸਾਨੂੰ ਜਿਹੜੇ ਅਨ ਐਡਡ ਕਾਲਜ ਨੇ 60 ਪੰਜਾਬ ਦੇ ਵਿੱਚ ਉਹਨਾਂ ਨੇ ਵੀ ਸਾਨੂੰ ਅਪਰੋਚ ਕੀਤਾ ਔਰ ਅਸੀਂ ਉਹਨਾਂ ਦੀ ਮੀਟਿੰਗ ਪਿਛਲੇ 2 ਹਫ਼ਤੇ ਪਹਿਲਾਂ ਅਸੀਂ ਲੁਧਿਆਣੇ ਕੀਤੀ ਹੈ ਔਰ ਲੁਧਿਆਣਾ ਮੀਟਿੰਗ ਕਰਕੇ ਹੁਣੇ ਕਰੀਬ 200 ਕਾਲਜ ਦਾ ਮਸਲਾ ਆ ਔਰ ਇਹ ਪੰਜਾਬ ਸਰਕਾਰ ਕੋਲ ਅਸੀਂ ਟਾਈਮ ਮੰਗਿਆ ਉਹਦੇ باوجود ਦਾ ਟਾਈਮ ਨਹੀਂ ਦਿੱਤਾ ਅੱਜ ਸਾਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਇੰਨੇ ਗੰਬੀਰ ਮਸਲੇ ਉੱਤੇ ਅਸੀਂ ਇੱਕ ਦਿਨ ਦੀ ਹੜਤਾਲ ਕਰਨ ਦਾ ਕਾਲਜਾਂ ਚ ਤਾਲੇ ਬੰਦ ਕਰਨ ਦਾ ਫੈਸਲਾ ਕੀਤਾ 18 ਤਾਰੀਖ ਨੂੰ ਅਸੀਂ ਸਾਰੇ ਪੰਜਾਬ ਦੇ ਇਹ ਜਿੰਨੇ ਕਾਲਜ ਨੇ 200 ਦਾ 200 ਕਾਲਜ ਇਹ ਬੰਦ ਰਹੇਗਾ ਇਹਦੇ ਤਾਲੇ ਲੱਗਣਗੇ ਔਰ ਟੀਚਿੰਗ ਨੌਨ ਟੀਚਿੰਗ ਸਟਾਫ ਨੂੰ ਵੀ ਛੁੱਟੀ ਹੈ ਬੱਚਿਆਂ ਨੂੰ ਵੀ ਸਾਨੂੰ ਛੁੱਟੀ ਕਰਨੀ ਪੈ ਰਹੀ ਹੈ ਔਰ ਜਿੰਨਾਂ ਯੂਨੀਵਰਸਿਟੀ ਨੇ ਪੇਪਰ ਰੱਖਿਆ ਉਹਨਾਂ ਨੂੰ ਵੀ ਸਾਡੀ ਰਿਕਵੈਸਟ ਹੈ ਵਾਈਸ ਚਾਂਸਰ ਨੂੰ ਜਿਹੜੀ ਲੈਟਰ ਲਿਖਿਆ ਨੇ ਕਿ 18 ਦੀ بجائے ਕੋ ਹੋਰ ਡੇਟ ਦਿੱਤੀ ਜਾਵੇ ਕਿਉਂਕਿ 18 ਤਰੀਕ ਨੂੰ ਸਾਡਾ ਕੋਈ ਬੱਚਾ ਔਰ ਕੋਈ ਸਟਾਫ ਜਿਹੜਾ ਉਹ ਨਹੀਂ ਆਏਗਾ ਕਾਲਜ ਬੰਦ ਰਹਿਣਗੇ ਮੇਰੀ ਫਿਰ ਦੁਬਾਰਾ ਇੱਕ ਗੁਜਾਰਿਸ਼ ਹੱਥ ਜੋੜ ਕੇ ਕਿ ਐਸੀ ਨੌਬਤ ਸਰਕਾਰ ਨੂੰ ਪੰਜਾਬ ਦੇ ਵਿੱਚ ਨਹੀਂ ਆਉਣ ਦੇਣੀ ਚਾਹੀਦੀ ਇਹ ਜਿਹੜੇ ਸਾਡੇ ਤਿੰਨੇ ਮਸਲੇ ਆ ਪੋਰਟਲ ਦੇ ਉੱਪਰ ਐਡਮਿਸ਼ਨ ਔਰ 60 ਸਾਲ ਤੋਂ ਘਟਾ ਕੇ 88 ਸਾਲ ਉਮਰ ਕਰਨ ਦੀ ਇਹਦੀ ਜਿਹੜੀ ਕੰਡੀਸ਼ਨ ਔਰ ਜਿਹੜੀ 95% ਗ੍ਰਾਂਟ ਇਹਨੂੰ ਪੂਰੀ ਪੂਰੀ ਗ੍ਰਾਂਟ ਨੂੰ ਲਾਗੂ ਕਰਨਾ ਚਾਹੀਦਾ ਇਹਦੇ ਵਾਸਤੇ ਸਾਡੇ ਨਾਲ ਗੱਲਬਾਤ ਕੀਤੀ ਜਾਵੇ ਨਹੀਂ ਤੇ ਸਾਨੂੰ ਅੱਜ ਦੇ ਇੱਕ ਦਿਨ ਦੀ ਹੜਤਾਲ ਕੀਤੀ ਹੈ ਕਿਤੇ ਐਸਾ ਨਾ ਆਵੇ ਕਿ ਸਾਨੂੰ ਸਾਰਿਆਂ ਨੂੰ ਜੁਆਇੰਟ ਐਕਸ਼ਨ ਕਮੇਟੀ ਨੂੰ ਐਸਾ ਫੈਸਲਾ ਲੈਣਾ ਪਵੇ ਕਿ ਸਾਨੂੰ ਇਨਡੈਫਿਨਿਟ ਸਟ੍ਰਾਈਕ ਤੇ ਜਾਣਾ ਜਾਣਾ ਪਵੇ